ਸੱਚੀ ਹੈ ਕਾਲ ਚੈਨ ਲੋਕ ਮਸਲੇ ਵੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਨਿੱਘਾ ਸਵਾਗਤ ਕਰਦੀ ਆ ਅਸੀਂ ਪਹੁੰਚ ਚੁੱਕੀਆਂ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਜਿਹੜਾ ਕਿ ਡਾਕਟਰ জাকਿਰ ਹੁਸੈਨ ਰੋਜ਼ ਗਾਰਡਨ ਹੈ ਇਸ ਦੇ ਵਿੱਚ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੋਂ ਦੇ ਵਿਜ਼ਿਟਰਸ ਨੂੰ ਇੱਥੋਂ ਦੇ ਵਸਨੀਕਾਂ ਨੂੰ ਰੋਜ਼ ਗਾਰਡਨ ਦੇ ਵਿੱਚ ਸੈਰ ਕਰਨਾ ਅਲਾਉਡ ਕਰ ਦਿੱਤਾ ਹੈ ਸੋ ਇੱਥੋਂ ਦੇ ਵਸਨੀਕ ਸੈਰ ਕਰ ਸਕਦੇ ਨੇ ਪਰ ਇੱਥੇ ਇੱਕ ਅਸੂਲ ਬਣਾਇਆ ਗਿਆ ਹੈ ਕਿ ਸੈਰ ਕਰਨ ਲੱਗੇ ਉਹਨਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੈ ਜੇ ਕੋ ਮਾਸਕ ਨਹੀਂ ਲਗਾਣਗੇ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਉਨਾ ਦਾ ਚਲਾਨ ਕੀਤਾ ਜਾਵੇਗਾ ਜਦ ਕਿ ਸਾਨੂੰ ਪਤਾ ਹੈ ਕਿ ਜੇਕਰ ਅਸੀਂ ਮਾਸਕ ਲਾ ਕੇ ਸੈਰ ਕਰਦੇ ਹਾਂ ਜਾਂ ਅਸੀਂ ਰਨਿੰਗ ਕਰਦੇ ਹਾਂ ਤਾਂ ਸਾਡੇ ਫੇਫੜਿਆਂ ਨੂੰ ਉਸ ਦਾ ਬਹੁਤ ਨੁਕਸਾਨ ਹੁੰਦਾ ਹੈ ਸਾਡਾ ਇਮਿਊਨਿਟੀ ਸਿਸਟਮ ਵੀ ਵੀਕ ਹੁੰਦਾ ਹੈ ਤੇ ਸਾਡੇ ਦਿਮਾਗ ਤੱਕ ਪ੍ਰੋਪਰ ਆਕਸੀਜਨ ਨਹੀਂ ਪਹੁੰਚ ਪਾਂਦੀ ਸੋ ਆਓ ਇੱਥੋਂ ਦੇ ਵਿਜ਼ਿਟਰਸ ਨੂੰ ਪੁੱਛਦੇ ਹਾਂ ਕਿ ਮਾਸਕ ਲਾ ਕੇ ਉਹਨਾਂ ਨੂੰ ਸੈਰ ਕਰਨਾ ਕਿੰਨਾ ਕੁ ਵਧੀਆ ਲੱਗ ਰਿਹਾ ਹੈ ਕਿ ਉਹ ਚੰਗਾ ਮਹਿਸੂਸ ਕਰ ਰਹੇ ਨੇ ਜਾਂ ਮਾੜਾ ਮਹਿਸੂਸ ਕਰਦੇ ਨੇ ਸੋ ਆਓ ਇੱਥੋਂ ਦੇ ਸੀਨੀਅਰ ਸਿਟੀਜ਼ਨਸ ਨੂੰ ਪੁੱਛਦੇ ਹਾਂ ਕਿ ਮਾਸਕ ਲਗਾ ਕੇ ਉਹਨਾਂ ਨੂੰ ਸੈਰ ਕਰਨਾ ਕਿੰਨਾ ਕੁ ਵਧੀਆ ਲੱਗ ਰਿਹਾ ਹੈ ਤੇ ਉਹ ਕੀ ਮ કરી ਨੇ ਹਾਂਜੀ ਸਰ ਆ ਸਾਨੂੰ 마스크 ਲਗਾਉਣ ਵਿੱਚ ਕੋਈ ਤਕਲੀਫ ਨਹੀਂ ਹੈ ਬੜੇ ਆਰਾਮ ਨਾਲ ਸੈਰ ਕਰੀਦੀ ਹੈ ਬੜੇ ਆਰਾਮ ਨਾਲ ਸਾਹ ਹੁੰਦਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਸੋ ਕਿੰਨੇ ਦਿਨ ਤੋਂ ਤੁਸੀਂ ਇੱਥੇ ਸੈਰ ਕਰਨ ਲਈ ਆ ਰਹੇ ਹੋ ਅਸੀਂ ਰੋਜ਼ ਸ਼ਾਮੀ ਆਈਦਾ ਸਾਨੂੰ ਮਹੀਨਾ ਹੋ ਗਿਆ ਲੋਕਡਾਊਨ ਦੇ ਦੌਰਾਨ ਕੀ ਤੁਸੀਂ ਇੱਥੇ ਸੈਰ ਕਰਨ ਆਉਂਦੇ ਸੀ ਨਹੀਂ ਉਸ ਵੇਲੇ ਨਹੀਂ ਆਉਂਦੇ ਸੀ ਜਦੋਂ ਲੋਕਡਾਊਨ ਬੰਦ ਹੋਇਆ ਉਹਦੇ ਬਾਅਦ ਆਉਣਾ ਸ਼ੁਰੂ ਕੀਤਾ ਸੈਰ ਦੇ ਦੌਰਾਨ ਜਿੰਨੇ ਤੁਸੀਂ 1 ਘੰਟਾ ਸੈਰ ਕਰਦੇ ਹੋ ਜਾਂ 2 ਘੰਟੇ ਤੁਸੀਂ ਉਨਾ ਟਾਈਮ ਲਗਾ ਕੇ ਹੀ ਰੱਖਦੇ ਹੋ ਮਾਸਕ ਜਾਂ ਲਗਾ ਕੇ ਰੱਖਦੇ ਆ ਪੂਰਾ ਟਾਈਮ ਲਗਾ ਕੇ ਰੱਖਦੇ ਆ वधिया लगदा तोनु मास्क लाना बहुत बढ़िया है अच्छा यू नीड प्रोटेक्शन ओके थैंक यू सो मच कर लो हाँ जी सर जैसे कि आप यहां पे रनिंग कर रहे हो और आपने मास्क नीचे को कर रखा है और यहां के प्रशासन चलान काटती है चंडीगढ़ पुलिस की अगर मास्क भी नहीं भी लगाया लगा के रखते हैं हम थोड़ी सांस लेने में दिक्कत हो जाती है ना इसलिए थोड़ा हम नीचे कर देते हैं इसको ओके मीनस आपको क्या लगता है कि रनिंग वक्त मास्क लगाना चाहिए या नहीं लगाना चाहिए नहीं, लगाना तो चाहिए मैडम मगर थोड़ा सांस फूलती है इसलिए हम थोड़ा तो नीचे कर लेते हैं okay. हाँ जैसे आप नॉर्मल स्थिति में आ जाते हैं नॉर्मल पोजिशन फिर हम अपनी जो सेफ्टी है वो लेके चलते हैं ओके okay. मतलब रनिंग के समय हमें मास्क लगा के रनिंग करनी नहीं, चाहिए ओके आपको नहीं लगता कि ये हार्मफुल है या ठीक है नहीं हार्मफुल तो है मैडम आप ਔਰ ਯੰਗਸਟਰਸ ਤੇ ਪੁੱਛਦਿਆਂ ਕਿ ਮਾਸਕ ਲਗਾ ਕੇ ਉਹਨਾਂ ਨੂੰ ਰੋਜ਼ ਗਾਰਡਨ ਵਿੱਚ ਸੈਰ ਕਰਨਾ ਕਿੰਨਾ ਕੁ ਵਧੀਆ ਲੱਗ ਰਿਹਾ ਏ ਇਹ ਮਾਸਕ ਲਗਾ ਕੇ ਸੈਰ ਕਰਨਾ ਸੇਤਮੰਦ ਹੈ ਜਾਂ ਨਹੀਂ ਕਿ ਡੈਫੀਨਿਟਲੀ ਥੋੜਾ ਸਾ ਇਰਿਟੇਸ਼ਨ ਤਾਂ ਹੁੰਦਾ ਹੈ ਮਾਸਕ ਸੋ ਬਿਕੋਜ਼ ਹਮ ਨੈਚਰਲੀ ਯੂਸ ਟੂ ਨਹੀਂ ਹੁੰਦੇ ਇਸ ਚੀਜ਼ ਕੇ ਲਿਏ ਬਟ ਅਬ ਤਾਂ WHO ਨੇ ਵੀ ਐਕਸੈਪਟ ਕਰ ਲਿਆ ਕਿ ਜੋ ਕੋਰੋਨਾ ਵਾਇਰਸ ਹੈ ਇਟ ਇਜ਼ 에ਅਰ ਬੋਨ ਔਰ ਫੈਲ ਸਕਤਾ ਹੈ 에ਅਰ ਕੇ ਥਰੂ ਸੋ ਆਈ ਥਿੰਕ ਡੈਫੀਨਿਟਲੀ ਮਾਸਕ ਡਾਲ ਕੇ ਹੀ ਕਰਨਾ ਚਾਹੀਏ ਥੋੜਾ ਸਾ ਇਰਿਟੇਸ਼ਨ ਸਟਾਰਟਿੰਗ ਮੇ ਹੋਗਾ ਬਟ ਇਵੈਂਚੁਅਲੀ ਵੀਲ ਗੈਟ ਯ कोरोना ਤੋਂ ماسک ਪਾ ਚਾ ਲੇਤਾ ਬਹੁਤ ਸੇਫ ਹੈ ਕਾਫੀ ਥੈਂਕ ਯੂ ਸੋ ਮਚ ਚਲੋ ਆਓ ਇਹਨਾਂ ਤੋਂ ਪੁੱਛਦੇ ਹਾਂ ਜਿਵੇਂ ਕਿ ਇੱਥੇ ਬੈਠੇ ਖਾ ਪੀ ਰਹੇ ਸਨ ਕਿ ਤੇ پارک 'ਚ ਬੈਠੇ ਆ ਕਿ ਕਿਵੇਂ ਦਾ ਲੱਗਦਾ ਇਹਨਾਂ ਨੂੰ ਮਾਸਕ ਲਗਾ ਕੇ ਕਿਵੇਂ ਦਾ ਮਹਿਸੂਸ ਕਰਦੇ ਨੇ ਹਾਂਜੀ ਮੈਮ ਮੈਮ ਇਸ ਟਾਈਮ ਤਾਂ ਮਾਸਕ ਲਗਾਉਣਾ ਜ਼ਰੂਰੀ ਹੈ ਕਿਉਂਕਿ ਅਗਰ ਹਮਨੇ ਲਗਾਏਗੇ ਤਾਂ ਫਿਰ ਕਮਸ ਕਮ ਸਾਹਮਣੇ ਵਾਲੇ ਕੋ ਵੀ ਕੋਰੋਨਾ ਕੇ ਲੱਛਣ ਹੋ ਜਾਂ ਨਹੀਂ ਹੋ ਤਾਂ ਮੈ ਇਹ ਲੱਗੇਗਾ ਨਾ ਕਿ हम भी सेफ़ हैं सामने वाला भी सेफ़ है कम से कम दोनों में से एक लगाएगा तो एक दोनों सेफ हैं और ऐसा नहीं है डीआईवी मास्क भी हैं अगर आप वो नाइन्टी फाइव वाला नहीं लगाओ नाइट्रोजन वाला तो ये वाले मास्क तो सेफ़ हैं और इनमें कोई प्रॉब्लम नहीं होती ब्रीथिंग में भी तो ओके okay, आपका क्या कहना है सर मैम मास्क तो अभी ऐसी आ गई सभी को लगाना है और बाकी थोड़ा अनकंफर्टेबल फील होता है हमेशा मुँह पे रहता है 24 में से कम से कम आ, 18 घंटे मुँह पे ही मास्क रहता है क्योंकि बाहर जाने वालों के लिए ज़्यादा जरूरी है तो बस मैं यही कहना चाहूँगा आप इसकी धीरे धीरे आदत डल जाएगी इन्होंने कहना है हूँ मास्क लगाना जरूरी हो गया है तो हूँ सूँ मास्क लगाने की आदत पा लेनी चाहिए ਔਹ ਛੋਟੇ ਛੋਟੇ ਬੱਚਿਆਂ ਤੋਂ ਪੁੱਛਦੇ ਨੇ ਉਹ ਵੀ ਮਾਸਕ ਲਗਾ ਕੇ ਘੁੰਮ ਰਹੇ ਨੇ ਕਿ ਉਹਨਾਂ ਨੂੰ ਮਾਸਕ ਲਗਾ ਕੇ ਕਿਵੇਂ ਦਾ ਲੱਗਦਾ ਹੈ ਪਾਰਕ ਵਿੱਚ ਸੈਰ ਕਰਨਾ ਹਾਂਜੀ ਬੱਚੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਬਹੁਤ ਅੱਛਾ ਮਹਿਸੂਸ ਕਰ ਰਹੇ ਸੇਫ ਫੀਲ ਕਰ ਰਹੇ ਸੇਫ ਫੀਲ ਕਰ ਰਹੇ ਆਪ ਮਾਸਕ ਲਗਾ ਕੇ ਸਾਈਕਲਿੰਗ ਵੀ ਕਰਦੇ ਹੋ ਹਾਂਜੀ ਓਕੇ ਤੋ ਆਪਕੋ ਅੱਛੇ ਸੇ ਸਾਹ ਸਾਥੀ ਹੈ ਜਬ ਆਪ ਸਾਈਕਲਿੰਗ ਕਰਤੇ ਹੋ ਹਾਂਜੀ ਓਕੇ ਥੈਂਕ ਯੂ ਸੋ ਮੱਚ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਇਹਨਾਂ ਨੇ ਮਾਸਕ ਨਹੀਂ ਲਗਾਇਆ ਤੇ ਜਦੋਂ ਅਸੀਂ ਇਹਨਾਂ ਤੋਂ ਪੁੱਛਿਆ ਕਿ ਤੁਸੀਂ ਮਾਸਕ ਕਿਉਂ ਲਗਾਏ ਇਹ ਕਹਿੰਦੇ ਖੁੱਲੀ ਹਵਾ 'ਚ ਸੈਰ ਕਰਨ ਦੇ ਲਈ ਮਾਸਕ ਦੀ ਲੋੜ ਨਹੀਂ ਹੈ ਸੋ ਇਹਨਾਂ ਤੋਂ ਪੁੱਛਿਆ ਕਿ ਮਾਸਕ ਲਗਾਣਾ ਜ਼ਰੂਰੀ ਹੈ ਜਾਂ ਨਹੀਂ ਹਾਂਜੀ ਸਰ ਹਾਂਜੀ ਬਾਹਰ ਰੋਡ 'ਤੇ ਜਾਂ ਮਾਰਕੀਟ 'ਤੇ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਜੇ ਪਾਰਕ ਵਿੱਚ ਚਾਹੀਦਾ ਉਹ ਤਾਂ ਖੁੱਲੀ ਹਵਾ ਚਾਹੀਦੀ ਸ਼ਰੀਰ ਨੂੰ ਤੰਦਰੁਸਤੀ ਵਾਸਤੇ ਇਸ ਲਈ ਮਾਸਕ ਲਗਾਉਣ ਦੀ ਜ਼ਰੂਰਤ ਨਹੀਂ ਹਿੰਦੀ ਹੈਗੀ ਸ਼ਰੀਰ ਤੰਦਰੁਸਤ ਰਹੇਗਾ ਤਾਂ ਕੋਈ ਕੋਰੋਨਾ ਕੋਰੋਨਾ ਕੁਝ ਨਹੀਂ ਹੋ ਸਕਦਾ कोरोना ਬੱਚਿਆਂ ਵਾਸਤੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਖੁਰਾਕ ਚਾਹੀਦੀ ਹੈ ਤੰਦਰੁਸਤੀ ਜਿਹੇ ਸੈਰ ਚਾਹੀਦੀ ਹੈ ਮਾਸਕ ਬਾਹਰ ਬਹੁਤ ਜ਼ਰੂਰੀ ਹੈ ਬਾਹਰ ਲਗਾਣਾ ਪਰਕ ਹੋਏ ਜਿੰਨਾ ਜ਼ਰੂਰੀ ਨਹੀਂ ਹੈ ਇਹਨਾਂ ਦੇ ਅਕੋਰਡਿੰਗ ਜੇਕਰ ਸਾਡਾ ਇਮਿਊਨਿਟੀ ਸਿਸਟਮ ਸਟਰੋਂਗ ਰਹੂਗਾ ਤਾਂ ਸਾਡਾ ਕੋਰੋਨਾ ਕੁਝ ਨਹੀਂ ਵਿਗਾੜ ਸਕਦਾ ਥੈਂਕ ਯੂ ਸੋ ਮਚ ਜੀਵੇਂ ਕਿ ਅਸੀਂ ਦੇਖ ਸਕਦੇ ਹਾਂ ਇੱਥੇ ਯੰਗਸਟਰਸ ਐਕਸਰਸਾਈਜ਼ ਕਰ ਰਹੇ ਨੇ ਰਨਿੰਗ ਕਰ ਰਹੇ ਨੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਵਾਇਲ ਐਕਸਰਸਾਈਜ਼ ਤੇ ਵਾਇਲ ਰਨਿੰਗ ਮਾਸਕ ਦੀ ਅੰਨੀ ਲੋੜ ਨਹੀਂ ਹੈ ਸੋ ਇਹਨਾਂ ਤੋਂ ਪੁੱਛਤੀਆਂ ਕਿ ਤੁਸੀਂ ਮਾਸਕ ਨਹੀਂ ਲਗਾ ਰੱਖਿਆ ਤੁਸੀਂ ਕੀ ਸੋਚਦੇ ਹੋ ਕਿ ਰਨਿੰਗ ਵੇਲੇ ਜਾਂ ਐਕਸਰਸਾਈਜ਼ ਵੇਲੇ ਜ਼ਰੂਰੀ ਹੈ ਮਾਸਕ ਐਕਚੁਅਲੀ ਕੀ ਹੈ ਕਿ ਜਦੋਂ ਹਮ ਰਨਿੰਗ ਕਰਤੇ ਹਾਂ ਤਾਂ ਰਨਿੰਗ ਕਰਤੇ ਦੌਰਾਨ ਇੱਕ ਆਮ ਬੰਦੇ ਦੇ ਬਜਾਏ ਰਨਿੰਗ ਕਰਤੇ ਟਾਈਮ ਬੰਦੇ ਕੋ ਸਾਂਸ ਚੜਦੇ ਹਨ ਉਸਕੇ ਲਈ ਫੇਫੜੋ ਕੋ ਆਮ ਬੰਦੇ ਕੇ ਬਜਾਏ ਜ਼ਿਆਦਾ ਆਕਸੀਜਨ ਕੀ ਜ਼ਰੂਰਤ ਹੁੰਦੀ ਹੈ तो ज़्यादा ऑक्सीजन एक तो हम पहले एक्सरसाइज कर रहे हैं कम ऑक्सीजन मिल रही है हमें और जब फेफड़े ओ सॉरी मास्क लगा लेते हैं तो हमारे ऑक्सीजन आने का रास्ता और ब्लॉक ही हो जाता है इसलिए ज़रूरी नहीं कि एक्सरसाइज करते टाइम मास्क लगाया जाए पीछे से न्यूज़ में भी आया था कि अमेरिका में एक लड़के ने टेन किलोमीटर रनिंग की उसको ऑक्सीजन कम मिली फेफड़े फट गए उसकी डेथ होगी तो मतलब इसलिए जरूरी है कि दौरान ने एक्सरसाइज मास्क कम लगाया जाए मींस एक्सरसाइज के दौरान कम लगाया जाए जो जा रनिंग के वॉक अगर कोई वॉक कर रहा है तो वो लगा ले। वॉक में थोड़ा सा आ, मतलब नाक के नीचे तक रखे मास्क ठीक है लेकिन कोशिश तो यही रखे एक्सरसाइज के दौरान थोड़ा सा सांस को अच्छे से आना जाना रहे तो बेटर है सो आपका क्या कहना है सर मैम यही है कि हमें ऑक्सीजन प्रॉपर चाहिए ऑक्सीजन तो प्रॉपर तभी मिलेगी हम जैसे कोई भी वर्कआउट कर रहे हैं तो वैसे ही हमारा दम फूलने लग जाता मास्क लगा लेंगे तो बिल्कुल और हमारे को ऑक्सीजन मिलेगी नहीं जैसे कि यहाँ पे लोगों ने मास्क लगा रखा है क्योंकि उनको डर लगता है कि चंडीगढ़ प्रशासन उनके चलान ना कर दे चंडीगढ़ पुलिस तो जब आप यहाँ पे एक्सरसाइज करते हैं आप डेली आते हैं तो आपको नहीं लगता कि अगर आपने मास्क नहीं लगा रखा तो आपका चलान ना हो जाए नहीं मैम हम अपने वर्कआउट पे ध्यान देते हैं और मास्क हम साफ रखते हैं वैसे हमारे पास मास्क होता है अब जैसे हम जाएंगे पैदल पैदल तो मास्क हमारे मुंह पे लगेगा ये मास्क साथ और कहीं भी जैसे कोई दो चार आदमी खड़े हैं वहाँ जाते हैं तो हम मास्क लगाते हैं जैसे अब इकट्ठे रहते हैं तो हम इकट्ठे एक जगह एक्सरसाइज जग एक करते हैं और किसी के पास जाते हैं आप लोकल चंडीगढ़ से हाँ जी सो थैंक यू सो मच जैसे कि इन्होंने हमें बताया कि मास्क लगा कर अगर हम रनिंग करें या एक्सरसाइज करें तो हमारे फेफड़ों में छेद पड़ सकते हैं और हमारे फेफड़े फट भी सकते हैं अमेरिका में ऑलरेडी एक डेथ हो चुकी है और भी बहुत से केसेस सामने आए हैं हां जी सर सर ਤੁਸੀਂ ਸਾਨੂੰ ਦੱਸੋਗੇ ਤੁਸੀਂ ਜਿਵੇਂ ਕਿ ਮਾਸਕ ਵੀ ਲਗਾ ਰੱਖਿਆ ਉੱਤੇ ਰੁਮਾਲ ਵੀ ਪਾਇਆ ਹੋਇਆ ਏ ਕਿ ਇਹਦੇ ਫਾਇਦੇ ਨੇ ਕਿਵੇਂ ਦਾ ਮਹਿਸੂਸ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਲਗਾ ਕੇ हां जी मैं बता सकता हूं जरूर कि मैं मास्क और मैं मास्क भी लाए अंदर मैं ये भी आपको दिखा सकता हूं ਰੁਮਾਲ ਵੀ ਬੰਨੇ ਆ ਇਹ ਦੋਨਾਂ ਦੇ ਦੋ ਕਾਰਨ ਨੇ ਪਹਿਲਾ ਇਹ ਕਾਰਨ ਹੈਗਾ ਕਿ ਵਾਂਸ ਮੈਂ ਵਾਕ ਕਰਨ ਜਾ ਰਿਹਾ ਸੀ ਲੇਕ ਦੇ ਕੋਲ ਸੁਪਨਾ ਲੇਕ ਕੋਲ ਤੇ ਉੱਥੇ ਮੈਨੂੰ ਇੱਕ ਕੋਪ ਨੇ ਰੋਕ ਲੀਤਾ ਇੱਕ ਪੁਲਿਸ ਇੰਸਪੈਕਟਰ ਨੇ ਮੈਨੂੰ ਰੋਕ ਲੀਤਾ ਕਿ ਤੁਸੀਂ ਇਹ ਰੁਮਾਲ ਕਿਉਂ ਪਾਇਆ ਹੈਗਾ ਕਿ ਤੁਹਾਨੂੰ ਨਹੀਂ ਪਤਾ ਇਸ ਰੁਮਾਲ 'ਚ ਫਾਈਨ ਵੀ ਹੋ ਸਕਦਾ ਹੈ 500 ਰੁਪਏ ਉਹਨਾਂ ਨੇ ਫਾਈਨ ਮੈਨੂੰ ਦੱਸਿਆ ਤੋਂ ਮੈਨੂੰ ਬੜੀ ਡਿਫਿਕਲਟ ਹੁੰਦੀ ਹੈ ਮੈਕਸਿਮਮ ਟਾਈਮ ਕਿ ਮੈਂ ਇਹ ਪਾ ਕੇ 24 ਆਵਰ ਜਾਂ ਮੈਂ 1 ਆਵਰ ਵਾਕ ਕਰਨੀ ਹੈ ਤੁਹਾਨੂੰ ਮੇਰੇ ਲਈ ਬਹੁਤ ਡਿਫਿਕਲਟ ਹੋ ਜਾਂਦਾ ਕਿ ਮੈਂ ਇਹ ਵੇਅਰ ਕਰਕੇ ਰੱਖਾਂ ਤਾਂ ਮੈਂ ਚੇਂਜ ਕਰਕੇ ਮੈਂ ਇਹ ਪਾ ਕੇ इजीली ਸਮਝਦਾ ਸੀ ਕਿ ਇਹ कॉटन क्लॉथ ਹੈਗਾ ਔਰ इजीली ਯੂਜ਼ ਹੋ ਜਾਂਦਾ ਔਰ इजीली वॉश ਹੋ ਸਕਦਾ ਹੈ ਇਹ ਰੀਯੂਜ਼ ਹੋ ਸਕਦਾ ਹੈ ਉਹਦੇ ਕਰਕੇ ਮੈਂ ਮੈਕਸਿਮਮ ਇਹ ਯੂਜ਼ ਕਰ ਰਿਹਾ ਸੀ ਪਰ ਉਹਦਾ ਡਰ ਹੁਣ ਸਾਨੂੰ ਇਹ ਰਗਦਾ ਹੈ ਕਿ ਕਿਸੇ ਵੀ ਦਿਨ ਤੁਹਾਨੂੰ ਕਦੇ ਵੀ ਰੋਕ ਸਕਦੇ ਨੇ ਔਰ ਕਹਿ ਸਕਦੇ ਨੇ ਕਿ ਤੁਹਾਡਾ 500 ਦਾ ਫਾਈਨ ਹੋਏਗਾ ਚੰਡੀਗੜ੍ਹ ਪੁਲਿਸ ਉਸ ਕਰਕੇ ਮੈਨੂੰ ਇਹ ਅੰਦਰ ਲਾਣਾ ਪੈਂਦਾ ਹੈ ਕਈ ਵਾਰ ਫਿਰ ਮੈਂ ਕਈ ਵਾਰ ਇਹਨੂੰ ਥੱਲੇ ਕਰਦਾ ਹਾਂ ਤੇ ਮੈਂ ਰੁਮਾਲ ਵੀ ਰੱਖਦਾ ਕਿਉਂਕਿ ਸੇਫਟੀ ਵੀ ਬਹੁਤ ਜ਼ਰੂਰੀ ਹੈ ਦੋ ਗੱਜ ਦੀ ਜਿੱਦਾਂ ਕਿ ਸਾਡੇ ਪ੍ਰਧਾਨ ਮੰਤਰੀ ਦੇਸ਼ ਜੀ ਨੇ ਉਹਨਾਂ ਨੇ ਦੱਸਿਆ ਹੈ ਕਿ ਦੋ ਗੱਜ ਦੀ ਦੂਰੀ ਤੇ ਸੋਸ਼ਲ ਡਿਸਟੈਂਸਿੰਗ ਇਜ਼ ਮਸਟ ਇਹ ਇੱਕ ਮਾਤਰੀ ਲਾਜਾ ਕਰੋਨਾ ਦਾ ਤੇ ਉਹ ਅਸੀਂ ਪਾਲਣ ਕਰਦੇ ਰਹੀਏ ਸਰਕਾਰਾਂ ਦੀ ਸਾਡੇ ਲਈ ਬਣੀ ਹੈ ਤੇ ਉਹ ਸਾਡੇ ਲਈ ਬਹੁਤ ਸੋਚਦੀਆਂ ਔਰ ਜਦ ਤੱਕ ਵਾਲੇ ਵੈਕਸੀਨ ਨਹੀਂ ਆ ਸਕਦੀ ਤੇ ਦੁਆਵਾਂ ਅਸੀਂ ਕਰੀਏ ਕਿ ਜਰੂਰ ਜਲਦ ਤੋਂ ਜਲਦ ਸਾਰੀ ਵਰਲਡ 'ਚ ਇਹ ਕਰੋਨਾ ਦੀ ਮਹਾਮਾਰੀ ਤੋਂ ਅਸੀਂ ਮੁਕਤ ਹੋਈਏ ਔਰ ਥੈਂਕ ਯੂ ਥੈਂਕ ਯੂ ਸੋ ਮੱਚ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਤੇ ਜ਼ਰੂਰੀ ਵੀ ਹੈ ਜਦ ਕਿ ਮਾਸਕ ਲਗਾੜਨਾ ਸਾਡੀ ਇਮਿਊਨਿਟੀ ਥੋੜੀ ਵੀਕ ਹੋ ਜਾਂਦੀ ਹੈ ਤੇ ਸਾਡੇ ਦਿਮਾਗ ਤੱਕ ਆਕਸੀਜਨ ਪਾਪਰ ਨਹੀਂ ਪਹੁੰਚਦੀ ਤੇ ਕਈ ਐਕਸਰਸਾਈਜ਼ ਕਰਦੇ ਨੇ ਦੱਸਿਆ ਕਿ ਮਾਸਕ ਲਗਾ ਕੇ ਸਾਡੇ ਜਦੋਂ ਅਸੀਂ ਰਨਿੰਗ ਕਰਦੇ ਨੇ ਫੇਫੜੇ ਫਟਣ ਦੀ ਵੀ ਸੰਭਾਵਨਾ ਹੈ ਸੋ ਗੁਜ਼ਾਰਿਸ਼ ਕਰਦੇ ਹਾਂ ਪਰਮਾਤ ਅਨੁਕੇ ਜਲਦੀ ਤੋਂ ਜਲਦੀ ਇਸ ਬਿਮਾਰੀ ਦਾ ਇਲਾਜ ਆ ਜਾਵੇ ਤੇ ਲੋਕੀ ਪਹਿਲਾਂ ਵਾਂਗੂ ਸਾਫ਼ ਹਵਾ ਵਿੱਚ ਖੁੱਲ੍ਹਿਆਂ ਮਾਸਕ ਤੋਂ ਬਿਨਾਂ ਸੈਰ ਕਰ ਸਕਣ ਤੇ ਆਜ਼ਾਦੀ ਦੇ ਨਾਲ ਸਾਰੇ ਲੈ ਸਕਣ ਆਪਣੇ ਸੋਹਣੇ ਦੇਸ਼ ਦੇ ਵਿੱਚ ਸੋ ਮੈਂ ਰਾਧਿਕਾ ਸ਼ਰਮਾ ਕੈਮਰਾਮੈਨ ਹਰਵਿੰਦਰ ਦੇ ਨਾਲ ਚੈਨਲ ਲੋਕ ਮਸਲੇ ਤੋਂ ਧੰਨਵਾਦ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੀਆਂ ਕਿ ਵਕਤ ਤੋਂ ਬਾਅਦ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਘੰਟੀ ਦਾ ਬਟਨ ਜਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ